ਸਵਾਗਤ ਵਾਦਿਆਂ ਦੱਸਦੇ ਕਿ ਬਦਲਦੇ ਯੁੱਗ ਦੇ ਨਾਲ ਤਕਨੀਕਾਂ ਵੀ ਬਦਲਦੀਆਂ ਹੋਈਆਂ ਨਜ਼ਰ ਆ ਰਹੀ ਨੇ। ਇਸੇ ਤਹਿਤ ਜੇਕਰ ਗੱਲ ਕੀਤੀ ਜਾਏ ਤਾਂ ਕੁਝ ਲੋਕ ਇਸ ਤਕਨੀਕ ਦਾ ਦੁਰਉਪਯੋਗ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ। ਦਰਅਸਲ ਮਾਮਲਾ ਮੋਹਾਲੀ ਤੋਂ ਜਿੱਥੇ ਆਨਲਾਈਨ ਠੱਗੀ ਦਾ ਮਾਮਲਾ ਸਾਹਮਣੇ ਆਇਆ। ਮੋਹਾਲੀ ਵਿਖੇ ਇੱਕ ਆਨਲਾਈਨ ਠੱਗੀ ਕੀਤੀ ਗਈ ਹੈ ਅਤੇ ਗੂਗਲ ਪੇ ਦਾ ਫਰਜ਼ੀ ਮੈਸੇਜ ਵਿਖਾ ਕੇ 64,000 ਦਾ ਸੋਨਾ ਲੈ ਕੇ ਫਰਾਰ ਹੋਏ ਨੇ ਦੋ ਲੋਕ ਅਤੇ ਦੁਕਾਨਦਾਰ ਨੇ ਮੋਹਾਲੀ ਦੇ ਫੇਜ਼ 8 ਦੇ ਵਿੱਚ ਮਾਮਲਾ ਦਰਜ ਕਰਵਾਇਆ ਅਤੇ ਪੁਲਿਸ ਵੱਲੋਂ CCTV ਦੇ ਆਧਾਰ 'ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਿਸ ਹਿਸਾਬ ਦੇ ਨਾਲ ਆਨਲਾਈਨ ਸਾਰਾ ਕੁਝ ਟ੍ਰਾਂਜੈਕਸ਼ਨਾਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਦੇ ਤਹਿਤ ਕੁਝ ਕੁ ਲੋਕ ਇਸ ਤਕਨੀਕ ਦਾ ਦੁਰਉਪਯੋਗ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਮੋਹਾਲੀ ਤੋਂ ਆਨਲਾਈਨ ਠੱਗੀ ਦਾ ਮਾਮਲਾ ਸਾਹਮਣੇ ਆਇਆ ਅਤੇ ਗੂਗਲ ਪੇ ਦਾ ਫਰਜ਼ੀ ਮੈਸੇਜ ਦਿਖਾ ਕੇ 64,000 ਦਾ ਸੋਨਾ ਲੈ ਕੇ ਦੋ ਲੋਕ ਫਰਾਰ ਹੋਏ ਨੇ ਅਤੇ ਦੁਕਾਨਦਾਰ ਨੇ ਮੋਹਾਲੀ ਦੇ ਫੇਜ਼ 8 ਦੇ ਵਿੱਚ ਮਾਮਲਾ ਦਰਜ ਕਰਵਾਇਆ। ਸੋ ਆਨਲਾਈਨ ਠੱਗੀਆਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਹੁਣ ਕਿਤੇ ਨਾ ਕਿਤੇ ਵੱਖ ਵੱਖ ਥਾਵਾਂ 'ਤੇ ਫਰਜ਼ੀ ਜੋ ਹੈ ਮੈਸੇਜ ਦਿਖਾ ਕੇ ਪੇ ਦੇ ਮੈਸੇਜ ਦਿਖਾ ਕੇ ਕਿ ਅਸੀਂ ਪੇਮੈਂਟ ਕਰ ਦਿੱਤੀ ਹੈ ਉਸ ਦੇ ਤਹਿਤ ਠੱਗੀਆਂ ਜ਼ਰੂਰ ਮਾਰੀਆਂ ਜਾ ਰਹੀਆਂ ਨੇ। ਸੋ ਕਿਤੇ ਨਾ ਕਿਤੇ ਸੁਚੇਤ ਹੋਣ ਦੀ ਲੋੜ ਹੈ ਦੁਕਾਨਦਾਰਾਂ ਨੂੰ ਵੀ, ਕਿਉਂਕਿ ਜਦੋਂ ਕੋਈ ਕਸਟਮਰ ਕੋਈ ਚੀਜ਼ ਖਰੀਦਦਾ ਤਾਂ ਉਸਦੀ ਜਦੋਂ ਉਹ ਮੈਸੇਜ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਆਪਣੇ ਵੱਲੋਂ ਪੇਮੈਂਟ ਕਰ ਦਿੱਤੀ ਹੈ ਤਾਂ ਦੂਸਰੇ ਪਾਸੇ ਉਸਦੀ ਰਿਸੀਵਿੰਗ ਵੀ ਕਨਫਰਮ ਕਰਨੀ ਚਾਹੀਦੀ ਹੈ ਕਿ ਅਸੀਂ ਸਾਡੇ ਕੋਲ ਪੈਸੇ ਆ ਚੁੱਕੇ ਨੇ। ਉਸ ਤੋਂ ਬਾਅਦ ਹੀ ਕਸਟਮਰ ਨੂੰ ਚੀਜ਼ ਦੇਣੀ ਚਾਹੀਦੀ ਹੈ ਜਾਂ ਫਿਰ ਕੋਈ ਵੀ ਪ੍ਰੋਡਕਟ ਜਾਂ ਫਿਰ ਉਹ ਕੋਈ ਬਾਏ ਕਰਦਾ ਉਸ ਤੋਂ ਬਾਅਦ ਉਹ ਉਸਦੀ ਕਨਫਰਮੇਸ਼ਨ ਕਰ ਸਕਦੇ ਆ।